ਹੈਲੋ ਫਰੈਂਡਸ ਵੈਲਕਮ अगेन ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬੀਏ ਸੈਮੈਸਟਰ 3 ਦੀ ਉਸ ਦੇ ਵਿੱਚ ਜਿਹੜਾ ਆਪਣਾ ਲੈਸਨ ਸੀ ਟੂਵਰਡਸ ਕ੍ਰੀਏਟਿੰਗ ਪਾਵਰਟੀ ਫ੍ਰੀ ਵਰਲਡ ਉਸ ਦੇ ਆਪਾਂ ਦੋ ਲੌਂਗ ਕੁਐਸਚਨ ਕੀਤੇ ਸੀਗੇ ਤੇ ਇਸ ਵੀਡੀਓ ਦੇ ਵਿੱਚ ਉਸ ਦਾ 3rd ਲੌਂਗ ਕੁਐਸਚਨ ਹੈ ਜਿਹੜਾ ਆਪਾਂ ਕਰਾਂਗੇ ਦੇਖੋ ਜੇਕਰ ਤੁਹਾਨੂੰ ਕੁਐਸਚਨ ਆ ਜਾਵੇ ਅਕੋਰਡਿੰਗ ਟੂ ਦਾ ਆਥਰ ਵਾਟ ਇਜ਼ ਦਾ ਬੈਸਟ ਵੇ ਟੂ ਐਲੀਮੀਨੇਟਿੰਗ ਅਨਇੰਪਲੋਇਮੈਂਟ ਐਂਡ ਪਾਵਰਟੀ ਵੀ ਬੈਸਟ ਤਰੀਕਾ ਕਿਹੜਾ ਹੈ ਖਤਮ ਖਾਤਮਾ ਕਰਨ ਦਾ ਬੇਰਜੁਗਾਰੀ ਅਤੇ ਗਰੀਬੀ ਨੂੰ ਜਾਂ ਫਿਰ ਉਹ ਸਮ ਅਪ ਦਾ ਆਈਡੀਆ ਮੇਨ ਆਈਡੀਆ ਵੀ ਪੁੱਛ ਸਕਦੇ ਨੇ ਇਸ ਲੈਸਨ ਦਾ ਇਸ ਤੋਂ ਇਲਾਵਾ ਵਾਟ ਇਜ਼ ਦਾ ਅਸੈਂਸ ਅਸੈਂਸ ਹੁੰਦੀ ਆਤਮਾ ਜਾਂ ਰੂਹ ਆਫ ਪਾਵਰਟੀ ਐਲੀਵੇਸ਼ਨ ਅਕੋਰਡਿੰਗ ਟੂ ਦਾ ਆਥਰ ਵੀ ਆਪਣਾ ਪਾਵਰਟੀ ਨੂੰ ਗਰੀਬੀ ਨੂੰ ਘਟਾਉਣ ਦੀ ਅਸਲੀ ਰੂਹ ਕੀ ਹੈ ਵੀ ਕਿਸ ਤਰੀਕੇ ਦੇ ਨਾਲ ਗਰੀਬੀ ਨੂੰ ਘਟਾਇਆ ਜਾ ਸਕਦਾ ਸੋ ਦੇਖੋ ਸਟਾਰਟ ਕਰਦੇ ਹਾਂ ਇਨ ਥਿਸ 에ਸੇ ਯੂਨਿਸ ਐਕਸਪਲੇਨਸ ਦਾ ਨੀਡ ਟੂ ਸਟਾਰਟ ਗ੍ਰਾਮਿਨ ਬੈਂਕ ਜਿਹੜਾ ਇਹ ਐਸਏ ਹੈ ਇਸ ਦੇ ਵਿੱਚ ਯੂਨਸ ਨੇ ਐਕਸਪਲੇਨ ਕੀਤਾ ਜਿਹੜਾ ਜ਼ਰੂਰਤ ਹੈ ਵੀ ਗ੍ਰਾਮੀਨ ਬੈਂਕ ਨੂੰ ਸਟਾਰਟ ਕਰਨ ਦੀ ਜ਼ਰੂਰਤ ਹੀ ਸੇਜ਼ ਪੂਰ ਪੀਪਲ ਨੀਡ ਲੋਨਸ ਟੂ ਸਟਾਰਟ देयर ਓਨ ਬਿਜ਼ਨਸ ਉਹ ਕਹਿੰਦਾ ਵੀ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਜ਼ਰੂਰਤ ਹੈ ਲੋਨਸ ਦੀ ਕਰਜ਼ਿਆਂ ਦੀ ਆਪਣਾ ਬਿਜ਼ਨਸ ਸਟਾਰਟ ਕਰਨ ਦੇ ਲਈ ਆਫਟਰ ਦਾ ਫੈਮਨ ਇਨ ਬੰਗਲਾਦੇਸ਼ ਹੀ ਰਿਅਲਾਈਜ਼ਡ ਥੈਟ ਦਾ ਪੂਰ ਪੀਪਲ ਕੁਡ ਨਾਟ ਮੈਨੇਜ ਅ ਸਮਾਲ ਅਮਾਉਂਟ ਆਫ ਮਨੀ ਉਸਨੇ ਰੈਲਾਈਜ਼ ਕੀਤਾ ਜਦੋਂ ਬੰਗਲਾਦੇਸ਼ ਦੇ ਵਿੱਚ ਅਕਾਲ ਪੈ ਗਿਆ ਸੀਗਾ ਉਸ ਤੋਂ ਬਾਅਦ ਕਹਿੰਦਾ ਵੀ ਜਿਹੜੇ ਗਰੀਬ ਲੋਕ ਨੇ ਉਹ ਥੋੜੇ ਜੇ ਪੈਸੇ ਵੀ ਜਿਹੜੇ ਅਰੇਂਜ ਨਹੀਂ ਕਰ ਸਕਦੇ ਮੈਨੇਜ ਨਹੀਂ ਕਰ ਸਕਦੇ ਆਪਣਾ ਬਿਜ਼ਨਸ ਸਟਾਰਟ ਕਰਨ ਦੇ ਲਈ ਉਹਨਾਂ ਕੋਲ ਕੋਈ ਵੀ ਪੈਸਾ ਜਿਹੜਾ ਉਹ ਨਹੀਂ ਸੀਗਾ ਫਾਰ देयर ਵਰਕ ਮਤਲਬ ਕਿ ਆਪਣਾ ਕੰਮ ਸਟਾਰਟ ਕਰਨ ਦੇ ਲਈ ਉਹਨਾਂ ਕੋਲ ਪੈਸੇ ਨਹੀਂ ਸੀ banks did not offer loans and this had that the poor were not creditworthy jide bank ne ohna ne loan den ton inkar karta kende jide garib lok ne oh creditworthy nahi hege oh bharose yog nahi hege ke wapas kar denge loan is layi jawab deta as a result gramin bank was set up ate is da natija ki likne niklya jedi gramin bank hai us di sthapna kiti gayi this bank offered micro credit to the poor for their working capital ਇਸ ਬੈਂਕ ਨੇ ਲੋਕਾਂ ਨੂੰ ਛੋਟੇ-ਛੋਟੇ ਕਰਜ਼ੇ ਦਿੱਤੇ ਆਪਣਾ ਕੰਮ ਹੈ ਜਿਹੜਾ ਉਹ ਸਟਾਰਟ ਕਰਨ ਦੇ ਲਈ ਕੈਪੀਟਲ ਹੁੰਦਾ ਹੈ ਪੂੰਜੀ ਵੀ ਮਤਲਬ ਕੁਝ ਕਰਜ਼ੇ ਦਿੱਤੇ ਪੈਸੇ ਦਿੱਤੇ ਇਟ ਇਜ਼ ਆਲਵੇਸ ਸੈਡ ਦੈਟ ਟੂ ਕ੍ਰੀਏਟ employment ਟੂ ਐਂਡ ਪੋਵਰਟੀ ਐਂਡ ਅਨਇੰਪਲੋਇਮੈਂਟ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਕ੍ਰੀਏਟ ਇੰਪਲੋਇਮੈਂਟ ਕਿ ਜਿਹੜਾ ਰੋਜ਼ਗਾਰ ਹੈ ਉਸ ਨੂੰ ਵਧਾਉਣਾ ਚਾਹੀਦਾ ਹੈ ਰੋਜ਼ਗਾਰ ਪੈਦਾ ਕਰਨਾ ਚਾਹੀਦਾ ਹੈ ਟੂ ਐਂਡ ਪਾਵਰਟੀ ਐਂਡ ਅਨਪਲੋਇਮੈਂਟ ਗਰੀਬੀ ਅਤੇ ਬੇਰੁਜ਼ਗਾਰੀ ਦਾ ਖਾਤਮਾ ਕਰਨ ਦੇ ਲਈ ਵੀ ਗਰੀਬੀ ਅਤੇ ਬੇਰੁਜ਼ਗਾਰੀ ਇਹ ਖਤਮ ਕਰਨੀ ਹੈ ਤਾਂ ਇੰਪਲੋਇਮੈਂਟ ਸ਼ੁਰੂ ਕਰੋ ਵੀ ਨੌਕਰੀਆਂ ਵੱਧ ਤੋਂ ਵੱਧ ਨੌਕਰੀਆਂ ਦੇਣ ਦੇ ਮੌਕੇ ਮਿਲਨੇ ਚਾਹੀਦੇ ਨੇ ਲੋਕਾਂ ਨੂੰ ਦਾ ਇਕਨੋਮਿਸਟ ਆਲਸੋ ਟਾਕ ਅਬਾਊਟ ਓਨਲੀ ਵੈਜ ਇੰਪਲੋਇਮੈਂਟ ਜਿਹੜੇ ਇਕਨੋਮਿਸਟ ਨੇ ਅਰਥ ਸ਼ਾਸਤਰੀ ਨੇ ਉਹ ਵੀ ਸਿਰਫ ਇੱਕੇ ਪ੍ਰਕਾਰ ਦੇ ਇੰਪਲੋਇਮੈਂਟ ਦੀ ਗੱਲ ਕਰਦੇ ਨੇ ਵੈਜ ਇੰਪਲੋਇਮੈਂਟ ਤਨਖਾਹ ਦੇ ਉੱਤੇ ਕੰਮ ਕਰਨ ਵਾਲਾ ਇਟ ਇਜ਼ ਐਕਸਪੈਕਟਿਡ ਥੈਟ ਯੰਗ ਪੀਪਲ ਸ਼ੁੱਡ ਪ੍ਰਿਪੇਅਰ ਥੈਮਸੈਲਵਜ਼ ਫਾਰ ਅ ਗੁੱਡ ਜੌਬ ਇਹ ਐਕਸਪੈਕਟ ਕੀਤਾ ਜਾਂਦਾ ਹੈ ਕਿ ਜਿਹੜੇ ਯੰਗ ਪੀਪਲ ਨੇ ਉਹ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਕਾਦੇ ਲਈ ਜੌਬ ਦੇ ਲਈ ਨੌਕਰੀ ਕਰਨ ਦੇ ਲਈ ਮਤਲਬ ਕਿਸੇ ਹੋਰ ਦੇ ਅੰਡਰ ਨੌਕਰੀ ਕਰਨ ਦੇ ਲਈ ਖੁਦ ਨੂੰ ਪ੍ਰਿਪੇਅਰ ਕਰਨਾ ਚਾਹੀਦਾ ਹੈ ਇਫ ਸਮਬਨ ਕੈਨ ਨਾਟ ਗੈਟ ਐਨ ਏਮਪਲੋਇਰ ਕਹਿੰਦਾ ਜੇਕਰ ਕੋਈ ਆਪਣਾ ਏਮਪਲੋਇਰ ਨਹੀਂ ਲੱਭਦਾ ਮਤਲਬ ਮਾਲਕ ਨਹੀਂ ਲੱਭਦਾ ਜਿਸ ਦਿਨ ਡਰੋ ਕੰਮ ਕਰ ਸਕੇ ਰੀਅਲ ਟਰਬਲਸ ਬੈਗਿੰਸ ਤਾਂ ਉਸ ਲਈ ਕਹਿੰਦੇ ਅਸਲੀ ਜਿਹੜੀ ਮੁਸ਼ਕਲਾਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਦ ਆਥਰ ਹੇਟਸ ਦਿਸ ਆਈਡੀਆ ਪਰ ਜਿਹੜਾ ਆਥਰ ਹੈ ਉਹ ਇਸ ਆਈਡੀਆ ਨੂੰ ਨਫ਼ਰਤ ਕਰਦਾ ਹੈ ਵੀ ਮਤਲਬ ਤਨਖਾਹ ਦੇ ਉੱਤੇ ਕੰਮ ਕਰਨ ਵਾਲੇ ਆਈਡੀਆ ਨੂੰ ਕਿ ਲੋਕਾਂ ਨੂੰ ਲੱਭਣੀ ਚਾਹੀਦੀਆਂ ਨੇ ਨੌਕਰੀਆਂ ਲੱਭਣ ਦੇ ਪਿੱਛੇ ਫਿਰਨਾ ਚਾਹੀਦਾ ਇਸ ਚੀਜ਼ ਨੂੰ ਉਹ ਨਫ਼ਰਤ ਕਰਦਾ ਹੈ ਹੀ ਸੇਜ਼ ਦੈਟ ਹਿਊਮਨ ਲਾਈਫ ਇਜ਼ ਵੈਰੀ ਪ੍ਰੀਸ਼ੀਅਸ ਉਹ ਕਹਿੰਦਾ ਜਿਹੜੀ ਹਿਊਮਨ ਲਾਈਫ ਹੈ ਬਹੁਤ ਜ਼ਿਆਦਾ ਕੀਮਤੀ ਹੈ ਐਂਡ ਇਟ ਸ਼ੁੱਡ ਨਾਟ ਬੀ ਲੋਸਟ ਇਨ ਫਾਈਂਡਿੰਗ ਐਨ ਏਮਪਲੋਇਰ ਕਹਿੰਦਾ ਇਸ ਨੂੰ ਸਿਰਫ ਏਮਪਲੋਇਰ ਲੱਭਣ ਦੇ ਵਿੱਚ ਹੀ ਬਰਬਾਦ ਨਹੀਂ ਕਰਨਾ ਚਾਹੀਦਾ ਕਿ ਸਾਰ ਕਿ ਮਾਲਕ ਲੱਭਦੇ ਫਰੀ ਜਾਓ ਜਿਸ ਦੇ ਅੰਡਰ ਪਨ ਨੌਕਰੀ ਕਰਨੀ ਹੈ ਐਂਡ ਦੈਨ ਡਿਵੋਰਸ ਦਾ ਹੋਲ ਲਾਈਫ ਇਨ ਸਰਵਿੰਗ ਹਿਮ ਅਤੇ ਉਸ ਤੋਂ ਬਾਅਦ ਸਾਰੀ ਉਮਰ ਕਹਿੰਦਾ ਉਸ ਦੀ ਬਸ ਸੇਵਾ ਕਰੀ ਜਾਓ ਜਿਸ ਦੇ ਅੰਡਰ ਕੰਮ ਕਰਦੇ ਆ ਮੰਨ ਲਓ ਕਿਸੇ ਦੁਕਾਨ ਤੇ ਕੰਮ ਕਰਨ ਲੱਗੇ ਤਨਖਾਹ ਦੇ ਉੱਪਰ ਤੇ ਬਸ ساری ਉਮਰ ਕਹਿੰਦਾ ਜਿਸ ਦੁਕਾਨਦਾਰ ਦੇ ਅੰਡਰ ਕੰਮ ਕਰਦੇ ਆਂ ਬਸ ਉਸੇ ਦੀ ਸੇਵਾ ਕਰਦੇ ਰਹੋ ਇਹ ਚੀਜ਼ ਨੂੰ ਨਫ਼ਰਤ ਕਰਦਾ ਹੈ ਜਿਹੜਾ ਆਥਰ ਹੈ ਵੈਨ অর ਅਨਸੈਸਟਰਜ਼ ਵਰ ਬੌਰਨ ਔਨ ਦਿਸ ਅਰਥ ਜਦੋਂ ਕਹਿੰਦਾ ਸਾਡੇ ਪੂਰਵਜ ਇਸ ਧਰਤੀ ਦੇ ਉੱਪਰ ਜਨਮੇ ਸੀਗੇ ਦੇ ਡਿਡ ਨਾਟ ਪ੍ਰਿਪੇਅਰ ਥੈਮਸੈਲਵਜ਼ ਟੂ ਫਾਈਂਡ ਟੂ ਫਾਈਂਡ ਆਊਗਾ ਇੱਥੇ ਟੂ ਫਾਈਂਡ ਐਨ EMPLOYERS ਤਾਂ ਕਹਿੰਦੇ ਆਪਣੇ ਜਿਹੜੇ ਪੂਰਵਜ ਨੇ ਉਹਨਾਂ ਨੇ ਸਾਰੀ ਉਮਰ ਕਹਿੰਦੇ ਇਸ ਇਸ ਦੇ ਵਿੱਚ ਬਰਬਾਦ ਨਹੀਂ ਕੀਤੀ ਕਿ ਆਪਣਾ এমਪਲੋયર ਲੱਭਦੇ ਹੋਏ ਕਿ ਆਪਣਾ ਮਾਲਕ ਲੱਭੀਏ ਆਪਣੇ ਜਿਹੜੇ ਪੂਰਵਜ ਨੇ ਉਹਨਾਂ ਨੇ ਇਹ ਚੀਜ਼ ਨਹੀਂ ਕੀਤੀ ਸੀ ਤਾਂ ਉਹਨਾਂ ਨੇ ਕੀ ਕੀਤਾ ਦੇ ਕ੍ਰੀਏਟਿਡ देयर ओन ਜੌਬਸ ਉਹਨਾਂ ਨੇ ਆਪਣੀਆਂ ਜਿਹੜੀਆਂ ਜੌਬਸ ਨੇ ਆਪਣੇ ਕੰਪਨੀ ਖੁਦ ਪੈਦਾ ਕੀਤੇ ਆਪਣਾ ਆਪਣਾ ਕੰਮ ਸਟਾਰਟ ਕੀਤਾ ਖੁਦ ਕਿਸਦੇ ਅੰਡਰ ਨਹੀਂ ਕੀਤਾ ਐਂਡ ਬੀਕੇਮ ਹੰਟਰ ਗੈਦਰਰਸ ਐਂਡ ਲੇਟਰ ਫਾਰਮਰਸ ਤੇ ਉਹ ਕੀ ਹੈ ਸ਼ਿਕਾਰੀ ਬਣੇ ਹੈਨਾ ਝੁੰਡਾਂ ਦੇ ਵਿੱਚ ਰਹਿਣ ਲੱਗੇ ਤੇ ਫਾਰਮਰ ਕਿਸਾਨ ਬਣੇ ਦੇ ਵਰ ਸੈਲਫ এমਪਲoyed ਉਹ ਸੈਲਫ এমਪਲoyed ਸੀਗੇ ਮਤਲਬ ਆਪਣਾ ਕੰਮ ਖੁਦ ਉਹਨਾਂ ਨੇ ਸਟਾਰਟ ਕੀਤਾ ਕਿਸੇ ਦੇ ਅੰਡਰ ਨਹੀਂ ਉਹਨਾਂ ਨੇ ਕੰਮ ਕੀਤਾ ਸੀਗਾ ਅਕੋਰਡਿੰਗ ਟੂ ਦਾ ਆਥਰ ਆਥਰ ਦੇ ਮੁਤਾਬਕ ਦਾ ਇਰੈਡੀਕੇਸ਼ਨ ਇਰੈਡੀਕੇਸ਼ਨ ਹੁੰਦਾ ਖਤਮ ਕਰਨਾ ਇਰੈਡੀਕੇਸ਼ਨ ਆਫ ਪਾਵਰਟੀ ਬਿਗਿਨਸ ਤਾਂ ਕਹਿੰਦਾ ਜਿਹੜੀ ਗਰੀਬੀ ਆ ਉਸ ਦਾ ਜਿਹੜਾ ਖਾਤਮਾ ਹੈ ਉਹ ਸ਼ੁਰੂ ਹੋਊਗਾ ਖਤਮ ਹੋਣੀ ਸ਼ੁਰੂ ਹੋਊਗੀ ਕਦੋਂ ਵੈਨ ਪੀਪਲ ਸਟਾਰਟ देयर ਓਨ ਬਿਜ਼ਨਸ ਜਦੋਂ ਪੀਪਲ ਨੇ ਜਿਹੜੇ ਉਹਨਾਂ ਦਾ ਆਪਣਾ ਬਿਜ਼ਨਸ ਸਟਾਰਟ ਕਰਨਗੇ ਇਨਸਟੈਡ ਆਫ ਵੈਜ ਏਮਪਲੋਇਮੈਂਟ ਤਨਖਾਹ ਦੇ ਉੱਪਰ ਕੰਮ ਕਰਨ ਦੀ ਬਜਾਏ ਆਪਣਾ ਕੰਮ ਸਟਾਰਟ ਕਰਨਗੇ ਹੀ ਡਸ ਨਾਟ ਥਿੰਕ ਥੈਟ ਸਕਿਲਡ ਟ੍ਰੇਨਿੰਗ ਇਜ਼ ਪ੍ਰੀ ਰਿਕਵੈਸਟ ਉਹ ਕਹਿੰਦਾ ਵੀ ਜਿਹੜੀ ਆਪਣੀ ਸਕਿੱਲ ਟ੍ਰੇਨਿੰਗ ਹੈ ਸਕਿੱਲ ਟ੍ਰੇਨਿੰਗ ਹੋਗੀ ਜਿਵੇਂ ਅਭੀ ਜੌਬ ਪ੍ਰਾਪਤ ਕਰਨ ਦੀ ਟ੍ਰੇਨਿੰਗ ਵੀ ਕਿਸ ਤਰ੍ਹਾਂ ਅੱਗੇ ਜਾ ਕੇ ਨੌਕਰੀ ਕਿਸੇ ਦੇ ਅੰਡਰ ਕਰੀਏ ਉਹ ਕਹਿੰਦਾ ਪ੍ਰੀ ਰਿਕਵੈਸਟ ਜ਼ਰੂਰੀ ਨਹੀਂ ਹੈਗੀ ਉਹ ਫਾਰ ਦਾ ਇਰੇਡੀਕੇਸ਼ਨ ਆਫ ਅਨਇੰਪਲੋਇਮੈਂਟ ਗਰੀਬੀ ਦਾ ਜਾਂ ਫਿਰ ਬੇਰੁਜ਼ਗਾਰੀ ਦਾ ਖਤਮਾ ਕਰਨ ਦੇ ਲਈ ਅਨਇੰਪਲੋਇਮੈਂਟ ਐਂਡ ਪਾਵਰਟੀ ਦਾ ਪੂਰ ਆਰ ਪੂਰ ਨਾਟ ਬਿਕੋਜ਼ ਦੇ ਆਰ ਅਨਟ੍ਰੇਨਡ ਕਹਿੰਦਾ ਗਰੀਬ ਲੋਕ ਨੇ ਇਸ ਲਈ ਗਰੀਬ ਨਹੀਂ ਹੈਗੇ ਕਿ ਉਹ ਅਨਟ੍ਰੇਨਡ ਨੇ ਔਰ ਇਲਿਟਰੇਟ ਜਾਂ ਫਿਰ ਗਰੀਬ ਜਾਂ ਫਿਰ ਅਨਪੜ੍ਹ ਨੇ ਦੇ ਆਰ ਪੂਅਰ ਬਿਕੋਜ਼ ਦੇ ਕੈਨ ਨਾਟ ਟੇਕ ਦਾ ਰਿਟਰਨ ਆਫ देयर ਲੇਬਰ ਉਹ ਇਸ ਲਈ ਗਰੀਬ ਨੇ ਕਿਉਂਕਿ ਉਹ ਆਪਣੀ ਲੇਬਰ ਦਾ ਸਾਰਾ ਜਿਹੜਾ ਪੈਸਾ ਹੈ ਰਿਟਰਨ ਉਹ ਖੁਦ ਨਹੀਂ ਲੈ ਸਕਦੇ ਕਿਉਂਕਿ ਇਸ ਦੇ ਅੰਡਰ ਕੰਮ ਕਰਦੇ ਨੇ ਤਨਖਾਹ ਲੈਂਦੇ ਨੇ ਤੇ ਉਸ ਦੀ ਜਿਹੜੀ ਮਿਹਨਤ ਹੈ ਉਸ ਦਾ ਪੈਸਾ ਕੋਈ ਹੋਰ ਲੈਂਦਾ ਦੁਕਾਨਦਾਰ ਜਿਸ ਦੇ ਅੰਡਰ ਕੰਮ ਕਰਦੇ ਨੇ ਦੇ ਵਰਕ ਫਾਰ ਦਾ ਬੈਨੀਫਿਟਸ ਆਫ ਸਮਬਨ who controls their labor ਕਹਿੰਦਾ ਉਹ ਕਿਸੇ ਹੋਰ ਦੇ ਲਈ ਕੰਮ ਕਰਦੇ ਨੇ ਜਿਹੜਾ ਬੰਦਾ ਉਹਨਾਂ ਦੀ ਲੇਬਰ ਨੂੰ ਕੀ ਕਰਦਾ ਹੈ ਕੰਟਰੋਲ ਕਰਦਾ ਹੈ ਐਂਡ ਥਿਸ ਇਜ਼ ਦਾ ਅਸੈਂਸ ਸਾਰ ਜਾਂ ਭਾਵ ਕਹਿ ਸਕਦੇ ਆ ਐਂਡ ਥਿਸ ਇਜ਼ ਦਾ ਵੇ ਆਫ ਪਾਵਰਟੀ ਐਂਡ ਅਨਇੰਪਲੋਇਮੈਂਟ ਐਲੀਵੇਸ਼ਨ ਅਤੇ ਇਹ ਤਰੀਕਾ ਹੈ ਗਰੀਬੀ ਅਤੇ ਅਨਇੰਪਲੋਇਮੈਂਟ ਨੂੰ ਦੂਰ ਕਰਨ ਦਾ ਅਕੋਰਡਿੰਗ ਟੂ ਦਾ ਆਥਰ ਆਥਰ ਦੇ ਮੁਤਾਬਕ ਇਹ ਤਰੀਕਾ ਹੈ ਗਰੀਬੀ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਦਾ ਕਿ ਆਪ ਕੰਮ ਕਰੋ ਕਿਸੇ ਦੇ ਅੰਡਰ ਕੰਮ ਨਾ ਕਰੋ ਸੋ ਇਹ ਸੀਗਾ ਲਾਸਟ ਇਸ ਦਾ ਕੁਐਸਚਨ 3 ਆਈ ਹੋਪ ਕਿ ਵਧੀਆ ਲੱਗਿਆ ਜੇਕਰ ਸਮਝ ਆਈਏ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਔਰ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਸੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਔਰ ਉਨ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮਚ